बापू जी की नाम है तुहाडा? सरवण सिंह मलदा अर्जन सिंह। बापू जी जदों देश दी आजादी हुई सी, हां जी, उस तो बाद 75 साल बाद अपने भतीजे नूं मिले हो, की कहना चाहोगे पहला तां? देखो भतीजे नूं मिल के तां बहुत खुशी होई आ, बाकी उस जगह दी जिहड़ी करतारपुर दा जिथे मिलाप हुंदे आ ਉਹ ਜਿਹੜਾ ਬਣਿਆ ਦੇਖਿਆ, ਉਹ ਸਭ ਤੋਂ ਵਧੀਆ ਚੀਜ਼ ਅਸੀਂ ਹਿੰਦੁਸਤਾਨ ਦੇ ਵਿੱਚ ਉਹ ਦੇਖੀ, ਜਿਹੜੀ ਦੋਨਾਂ ਸਰਕਾਰਾਂ ਨੇ ਮਿਲ ਕੇ ਬਣਾਈ, ਔਰ ਦੋਨੋਂ ਹੀ ਜਿਹੜੇ ਮੁਸਲਮਾਨ ਸਿੱਖ ਉੱਥੇ ਸਾਰਾ ਪ੍ਰਬੰਧ ਕਰ ਰਹੇ, ਦੋਨੋਂ ਅਸਥਾਨ ਗੁਰੂ ਨਾਨਕ ਸਾਹਿਬ ਦੀ ਚਾਦਰ ਦੀ ਦਫਨਾਈ ਅਤੇ ਸਿੱਖਾਂ ਦਾ ਜਿੱਥੇ ਸੰਸਕਾਰ ਮਹਾਰਾਜ ਦਾ ਕੀਤਾ ਚਾਦਰ ਦਾ, ਕਿਉਂਕਿ ਚਾਦਰੀ ਦੋਵੇਂ ਹੀ ਹੋਈ ਸੀ, ਆਪ ਤਾਂ ਮਹਾਰਾਜ ਪਤਾ ਹੀ ਨਹੀਂ। ਬਾਪੂ ਜੀ 75 ਸਾਲ ਬਾਅਦ ਉਹ ਕਿਸ ਤਰ੍ਹਾਂ ਮਿਲਿਆ ਤੁਹਾਨੂੰ, ਕਿੱਦਾਂ ਪਤਾ ਲੱਗਾ ਕਿ ਤੁਹਾਡਾ ਭਤੀਜਾ ਹਜੇ ਵੀ ਉੱਥੇ ਹੈਗਾ ਵਾ? ਉਹ ਤਾਂ ਸਾਨੂੰ ਮੂਵੀ ਵਾਲਿਆਂ ਨੇ ਸੱਚੀ ਗੱਲ ਬੁਲਾਇਆ, ਜਾਣੀ ਉੱਥੇ ਮੂਵੀ ਬਣੀ ਉਹਦੇ ਨਾਲ ਨਹੀਂ ਕੋਈ ਪਤਾ ਛਤਾ ਲੱਗਾ। ਇਹ ਜਿਹੜਾ ਆਇਆ ਉਹ ਇੱਥੇ ਮਿਲਿਆ ਸੀ ਬਾਹਰ, ਇਹਨਾਂ ਨੂੰ ਮੁੰਡੇ ਨੂੰ ਪਤਾ ਕੀ ਨਾਂ ਸੀ, ਮੇਰੇ ਸਮਝ ਚਰਚ ਸੀਗੀ ਮੈਂ ਐਵੇਂ, ਮੈਨੂੰ ਇਹ ਪਰੇਸ਼ਾਨ ਕਰਦੇ ਆ, ਮਰਿਆਂ ਦੇ ਨਾਂ ਪੁੱਛੀ ਜਾਂਦੇ ਆ, ਮੈਂ ਕਿਹਾ ਕਾਹਤੋਂ ਪੁੱਛਦੇ ਆ, ਮੈਂ ਜਾਂ ਤਾਂ ਤੁਸੀਂ ਮੇਰਾ ਜਿਹੜਾ ਗੁਆਚੀ ਚੀਜ਼ ਉਹ ਲੱਭ ਦਿਓ। ਉਹ ਕਹਿੰਦਾ ਮੈਂ ਮਹਾਰਾਜ ਮੇਰੇ ਬੇਨਤੀ ਕਰਦਾ ਜ਼ਰੂਰ ਲੱਭ ਜਾਓ। ਮੈਂ ਉਹਨੂੰ ਨਿਸ਼ਾਨੀਆਂ ਲਿਖਾ ਤੀਆਂ, ਹੁਣ ਉੱਧਰ ਵੀ ਗਿੱਟ ਮਿੱਟ ਆਪਣੇ ਜਿਹੜਾ ਬੰਦਾ ਉੱਧਰ ਸੀ ਉਹਦੇ ਨਾਲ ਕੀਤੀ ਮੂਵੀ ਵਾਲੇ ਨਾਲ, ਉਹਨੇ ਉਹ ਬਣਾ ਕੇ ਮੂਵੀ ਉਸ ਨੇ ਭੇਜ ਦਿੱਤੀ, ਮੈਂ ਆਪੇ ਕੋਈ ਪਛਾਣ ਲਉ, ਇਹ ਕੋਈ ਪਤਾ ਨਹੀਂ ਬਾਹਰਲੇ ਮੁਲਕ ਦਾ। ਉਹ ਕਹਿਣ ਲੱਗਾ ਅੰਮ੍ਰਿਤਸਰ ਦਾ ਸੀ, ਉਹ ਕਹਿੰਦਾ ਉਹ ਜਦ ਗੱਲਾਂ ਹੀ ਰਲਦੀਆਂ ਮਿਲਦੀਆਂ ਤੁਸੀਂ ਮੂਵੀ ਕਿਉਂ ਨਹੀਂ ਬਣਾਉਂਦੇ? ਉਹਨੇ ਨਾਲ ਤਾਂ ਜੋੜ ਦਿੱਤਾ, ਇਹਨੇ ਮੂਵੀ ਬਣਾਤੀ। ਮੈਨੂੰ ਹੁਣ ਨਿਸ਼ਾਨੀਆਂ ਯਾਦ ਸੀ, ਛੋਟੇ ਹੁੰਦੇ ਨੂੰ ਖਿਲਾਇਆ ਸੀ, ਮੈਂ ਇਹਨਾਂ ਨੂੰ ਦੱਸਿਆ, ਉਹ ਜਿਹੜੇ ਮੈਂ ਦੇਖਿਆ ਸੱਚੀ ਉਹ ਹੀ, ਮੈਂ ਕਿਹਾ ਇਹ ਤਾਂ ਮੇਰਾ ਹੀ ਆ। ਉਹ ਜਿਸ ਨੇ ਸਾਲ ਸਵਾ ਸਾਲ ਬਾਅਦ ਉਹ ਮੁੰਡਾ ਲੱਡੂ ਲੈ ਕੇ ਆ ਗਿਆ, ਕਹਿੰਦਾ ਲੈ ਤੇਰਾ ਭਤੀਜਾ ਲੱਭ ਦਿੱਤਾ। ਹਾਂਜੀ ਅਸੀਂ ਵੀ ਖੁਸ਼ੀ ਮਨਾਈ, ਸੱਚੀ ਗੱਲ ਆ, ਜਿੱਥੇ ਜਿੱਥੇ ਵੱਡੇ ਪਿੰਡ ਵੀ ਵੱਡੇ ਆ ਇੱਥੇ ਵੀ ਜੋ ਕੁਛ ਹੁੰਦਾ ਗਿਆ ਖੁਸ਼ੀ ਦੇ ਵਿੱਚ, ਹਾਂਜੀ ਕਰ ਲਿਆ। ਫਿਰ ਅਸੀਂ ਆ ਦਿਨ ਮੁਕਰ ਹੋ ਗਿਆ, ਜੋ ਫੀਸ ਫੂਸ ਆ ਮੇਰਾ ਤਾਏ ਦਾ ਪੁੱਤ ਬਚੇਨ ਆ ਉਹਨੂੰ ਦਿੱਤੀ, ਮੇਰਾ ਕਾਰਡ ਕੂਡ ਬਣਾ ਜਮ੍ਹਾਂ ਕਰ, ਕਿਉਂ ਅਸੀਂ ਕਦੇ ਇਹੋ ਜਿਹਾ ਕੰਮਾਂ 'ਚ ਪਏ ਨਹੀਂ ਸੀ। ਹੁਣ ਉਹ ਸਾਰਾ ਕਰਾਇਆ ਉਹਨੂੰ ਤਾਂ ਫਿਰ ਪਰਮਿਸ਼ਨ ਨਹੀਂ ਮਿਲੀ, ਵੈਸੇ ਜਿਹੜੇ ਬੰਦੇ ਉਹਦੇ ਬਾਹਰਲੇ ਉੱਥੇ ਪਾਕਿਸਤਾਨ ਦੇ ਸੀ ਉਹ ਮੈਨੂੰ ਮਿਲ ਪਿਆ ਪਹਿਲਾਂ ਹੀ, ਹਾਂਜੀ ਉਹ ਕੋਈ ਤਕੜੀ ਪਾਰਟੀ ਆ, ਗਏ ਵੀ ਪੱਟੀਆਂ ਤੋਂ ਆ, ਵੋਟ ਵੀ ਪੱਟੀ ਆ, ਉੱਦਾਂ ਉਹਨਾਂ ਨੂੰ ਰਾਣੇ ਸਾਦੇ ਆ। ਫਿਰ ਇਹ ਆਪਣੇ ਬੰਦੇ ਆ ਗਏ, ਹਾਂਜੀ ਇਹ ਤਾਂ ਜਿੱਦਾਂ ਫਿਰ ਹੁੰਦਾ ਹੀ ਆ। ਹਾਂਜੀ ਆਪਣਾ ਨਾਮ ਕਿਆ ਹੈ? ਰਿਸ਼ਪਾਲ ਕੌਰ। ਰਿਸ਼ਪਾਲ ਜੀ ਆਪ 75 ਸਾਲ ਬਾਅਦ ਆਪਣੇ ਭਾਈ ਕੋ ਮਿਲੇ ਹੋ, ਹਾਂਜੀ ਪਹਿਲਾਂ ਤਾਂ ਉਸ ਕੇ ਬਾਰੇ ਮੈਂ ਬਤਾਈਏ। ਹਾਂਜੀ ਸਾਨੂੰ ਸੋਹਣਾ ਲੱਗਾ, ਵਧੀਆ ਲੱਗਾ, ਪਹਿਲਾਂ ਮਨ 'ਚ ਉਹਦਾ ਅਰਦਾਸ ਸੀ ਵੀ ਸੀਗੀ ਕਿ ਮਿਲਣਾ, ਕਿੰਨੇ ਦਿਨ ਹੋ ਗਏ ਸੀ, 15 ਕੁ ਦਿਨ ਹੋ ਗਏ ਸਾਨੂੰ ਦਿੱਤੇ ਨੂੰ ਪਾਸਪੋਰਟ, ਫਿਰ 15 ਕੁ ਦਿਨ ਬਾਅਦ ਸਾਨੂੰ ਐਂਟਰੀ ਮਿਲੀ ਆ ਉੱਥੇ ਜਾਣ ਦੀ, ਅਤੇ ਵਧੀਆ ਲੱਗਾ ਮਿਲਣਾ। ਜਬ ਇੱਕ ਭੈਣ ਆਪਣੇ ਭਾਈ ਸੇ ਮਿਲੀ ਤਾਂ ਕਿਆ ਬਾਤ ਹੈ ਸਭ ਪਹਿਲੇ, ਕਿਉਂਕਿ ਇਤਨੇ ਇੱਕ ਲੰਬੇ ਸਮੇਂ ਕੇ ਬਾਅਦ ਆ ਮਿਲ ਰਹੇ ਹੋ? ਜਾਣੀ ਸਾਨੂੰ ਤਾਂ ਨਹੀਂ ਇਹਦਾ ਪਤਾ ਸੀਗਾ, ਕਿਉਂਕਿ ਘਰ ਦੇ ਵਿੱਚ ਗੱਲ ਕਰਦੇ ਹੁੰਦੇ ਸੀ ਪਿਤਾ ਜੀ ਹੁਣੀ ਕਿ ਸਾਡਾ ਭਤੀਜਾ ਉੱਥੇ ਰਹਿ ਗਿਆ, ਹੈ ਨਾ, ਜਦੋਂ ਬੈਠਣਾ ਸਾਰੀ ਫੈਮਿਲੀ ਨੇ ਇਹੀ ਇਹਨਾਂ ਦੇ ਮਨ 'ਚ ਹੁੰਦਾ ਸੀ ਸਾਡਾ ਰਹਿ ਗਿਆ ਇੱਕ ਜੇ ਸਾਨੂੰ ਮਿਲ ਜਾਵੇ ਕਦੀ, ਅਤੇ ਉਹ ਪਿਛਲੇ ਸਾਲ ਮੂਵੀ ਬਣਾਈ, ਚਲੋ ਹੁਣ ਮਿਲ ਗਿਆ, ਹਾਂਜੀ ਉਹ ਮਿਲਿਆ, ਵਧੀਆ ਲੱਗਾ ਸਾਨੂੰ। ਤੋ ਆਪ ਕੀ ਕੋਈ ਬਚਪਨ ਕੀ ਯਾਦ ਥੀ ਇਨਕੇ ਸਾਥ? ਨਹੀਂ ਸਾਡੀ ਨਹੀਂ ਬਚਪਨ ਦੀ ਸਾਥ ਸੀ, ਹਾਂਜੀ ਮਤਲਬ ਸਾਡਾ ਜਨਮ ਇੱਥੇ ਪੰਜਾਬ 'ਚ ਆ ਕੇ ਹੋਇਆ, ਉਹਨਾਂ ਦਾ ਉੱਥੇ ਦਾ ਸੀ ਪਾਕਿਸਤਾਨ ਦਾ, ਸਭ ਤੋਂ ਵੱਡੇ ਤਾਇਆ ਜੀ ਦਾ ਵੱਡਾ ਲੜਕਾ ਸੀਗਾ, ਹਾਂਜੀ। ਤੋ ਜਦ ਮਿਲੇ ਤੋ ਕਿਆ ਬਾਤਚੀਤ ਕੀ ਹੋਈ ਵਹਾਂ ਪਰ? ਬਾਤਚੀਤ ਤਾਂ ਨਹੀਂ ਹੋਈ, ਰਿਪੋਰਟਰ ਨੇ ਆਪਸ ਵਿੱਚ ਗੱਲਾਂ ਉਹਨਾਂ ਨਾਲ ਕੀਤੀਆਂ, ਜਿੱਦਾਂ ਅਸੀਂ ਰੱਖੜੀ ਬੰਨ੍ਹੀ, ਫਿਰ ਮਨ 'ਚ ਥੋੜ੍ਹਾ ਜਿਹਾ ਮਨ ਭਰਿਆ ਵੀ, ਫਿਰ ਮਨ 'ਚ ਖੁਸ਼ੀ ਵੀ ਉਹਨਾਂ ਦੇ ਹੋਈ, ਮੈਂ ਵੀ ਰੱਖੜੀ ਬੰਨ੍ਹੀ, ਅਤੇ ਉਹਨਾਂ ਦੀ ਮਾਸੀ ਦੀ ਕੁੜੀ ਆ ਉਹਨੇ ਵੀ ਰੱਖੜੀ ਬੰਨ੍ਹੀ, ਉਹਨਾਂ ਦੇ ਦੋਹਾਂ ਨੇ ਅਸੀਂ ਬੰਨ੍ਹੀ ਰੱਖੜੀ ਜਾਣੀ। ਫਿਰ ਹੁਣ ਉਹਨਾਂ ਨੂੰ ਪਤਾ ਹੀ ਨਹੀਂ ਸੀ ਰੱਖੜੀ ਬਾਰੇ, ਜਾਣੀ ਜ਼ਿਆਦਾ ਅੰਦਰੋਂ ਕੱਢੇ ਹੀ ਨਹੀਂ ਸੀ ਕਦੀ, ਉਹਨਾਂ ਨੂੰ ਕੁਛ ਨਹੀਂ ਸੀ ਪਤਾ, ਅਤੇ ਨਾ ਉਹ ਕਹਿੰਦੇ ਪਾਕਿਸਤਾਨ ਦੇ ਵਿੱਚ ਕਹਿੰਦੇ ਅਸੀਂ ਇੱਦਾਂ ਬੰਨ੍ਹਦੇ, ਸਾਨੂੰ ਪਤਾ ਨਹੀਂ ਸੀ, ਸਾਨੂੰ ਇੱਦਾਂ ਲੱਗਦਾ ਸੀ ਵੀ ਲੋਕ ਬੰਨ੍ਹਦੇ ਆ, ਅਸੀਂ ਨਹੀਂ ਬੰਨ੍ਹਦੇ ਸੀ ਕਹਿੰਦੇ ਰੱਖੜੀ, ਮਤਲਬ ਹੁਣ ਪਹਿਲੀ ਵਾਰੀ ਉਹਨੇ ਬਣਾਈ, ਉਹਨਾਂ ਦਾ ਵੀ ਮਨ ਭਰ ਗਿਆ ਵੀ ਮੇਰੇ ਕਿਸੇ ਨੇ ਰੱਖੜੀ ਬੰਨ੍ਹੀ, ਮੇਰਾ ਕੋਈ ਹੈਗਾ ਆ, ਜਾਣੀ ਉਹਨਾਂ ਨੂੰ ਇੱਦਾਂ ਲੱਗਦਾ ਸੀ ਜਿੱਦਾਂ ਅੰਦਰ ਹੀ ਅੰਦਰ ਰਹਿਣਾ, ਜਾਣੀ ਸਾਡਾ ਕੋਈ ਹੈ ਹੀ ਨੀਗਾ, ਨਾ ਉਹਨਾਂ ਨੂੰ ਆਪਣਾ ਕੋਈ ਜਾਤ ਦਾ ਪਤਾ ਸੀ ਸਾਡੀ ਕਿਹੜੀ ਜਾਤ ਹੈ, ਕਿਹੜੀ ਬਰਾਦਰੀ ਦੇ ਹਾਂ ਅਸੀਂ, ਹੁਣ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਜੱਟ ਹਾਂ,
ਸਾਨੂੰ ਸਿੱਖ ਕਹਿੰਦੇ ਅਸੀਂ ਜਾਣੀ ਜਿੱਦਾਂ ਮੁਸਲਮਾਨ ਨੇ ਰੱਖਿਆ ਸੀ ਮੁਸਲਮਾਨ ਦੇ ਬਿਹਾਰ ਜਿਹਦਾ ਰਹਿਣਾ ਉੱਥੇ ਬਹਿਣਾ ਉੱਦਾਂ ਦੇ ਹੀ ਰਹਿਗਾ ਉਹ ਹੈ ਨਾ ਪਰ ਚਲੋ ਹੁਣ ਉਹਨਾਂ ਨੂੰ ਆਪਣੇ ਆਪ ਨੂੰ ਲੱਗਦਾ ਕਿ ਅਸੀਂ ਜੱਟ ਹਾਂ ਅਸੀਂ ਸਿੱਖ ਹਾਂ ਹਾਂ ਖੱਤਰੀਆਂ ਦਾ ਮੁੰਡਾ ਕਹਿ ਕੇ ਆ ਉਹ ਕਹਿੰਦੇ ਜਿੰਨਾ ਚਿਰ ਅਸੀਂ ਲਕੋਇਆ ਸੀ ਸਿੱਖਾਂ ਦਾ ਮੁੰਡਾ ਕਹਿ ਕੇ ਨੀ ਲਕੋਇਆ ਉਹਨੂੰ ਖੱਤਰੀਆਂ ਦਾ ਮੁੰਡਾ ਕਹਿ ਕੇ ਲਕੋ ਲਿਆ ਮਤਲਬ ਜਿੰਨਾ ਚਿਰ ਲਕੋ ਕੇ ਰੱਖਿਆ ਉਹਨਾਂ ਨੇ ਹਾਂਜੀ ਦੁਬਾਰਾ ਮੁਲਾਕਾਤ ਕਰਨ ਦੀ ਕੋਈ ਅਭੀ ਯੋਜਨਾ ਬਣਾਈ ਹੈ ਕਿ ਸੋਚਿਆ ਇਸਕੇ ਬਾਰੇ ਮੈਂ ਨਹੀਂ ਉਹ ਤਾਂ ਇਹੋ ਬਾਹਰੋਂ ਹੁਣ ਜਾਣਗੇ ਪਾਕਿਸਤਾਨ ਨੂੰ ਇੱਥੋਂ ਤਾਂ ਹੁਣ ਛੇਤੀ ਕਿਤੇ ਨਹੀਂ 6 ਮਹੀਨੇ ਬਾਅਦ ਐਂਟਰੀ ਦਿੰਦੇ ਵਾਪਸ ਇਹ ਪਿਤਾ ਜੀ ਜਾਣਗੇ ਜੇ ਇਹਨਾਂ ਨੂੰ 3 ਮਹੀਨੇ ਹੁੰਦੇ 4 ਹੁੰਦੇ ਜਾਂ ਇਹਨਾਂ ਦਿੰਦੇ ਐਂਟਰੀ ਜਾਣ ਦੁਬਾਰਾ ਕਿ ਨਹੀਂ ਦਿੰਦੇ ਪਾਕਿਸਤਾਨ ਤੁਰ ਜਾਣਾ ਇਹਨਾਂ ਨੇ ਆਪਣਾ ਪਿੰਡ ਦੇਖਣਾ ਚਾਹੁੰਦੇ ਆ ਜੇ ਇਹਨਾਂ ਨੂੰ ਹੁਣ ਬਾਹਰ ਗਿਆ ਤੇ ਜੇ ਇਹਨਾਂ ਦੇ ਕਾਗਜ਼ ਭਰਨਗੇ ਤਾਂ ਫਿਰ ਨਾਲ ਜਾ ਸਕਦੇ ਆ ਜਾਣਗੇ ਹਾਂਜੀ ਔਰ ਵੀ ਲੋਕ ਮਿਲੇ ਹੋਗੇ ਆਪਕੋ ਇੱਕ ਤਾਂ ਆਪਕਾ ਭਾਈ ਤੋਂ ਮਿਲਾ ਹੀ ਸਾਥ ਨਹੀਂ ਸਾਰੇ ਸੀਗੇ ਉਹਨਾਂ ਦੇ ਤੇ 6 ਲੜਕੇ ਸੀ 2 ਕੁੜੀਆਂ ਲੜਕੀਆਂ ਆਈਆਂ ਸੀ ਬਾਕੀ ਪੋਤੇ ਪੋਤੀਆਂ ਦੋ ਤੇ ਦੋਤੀਆਂ ਵਾਹਵਾ ਪਰਿਵਾਰ ਆਇਆ ਸੀਗਾ ਮਤਲਬ ਕਿ ਉਹਨਾਂ ਦੇ ਇੱਦਾਂ ਆ ਫੈਮਿਲੀ ਦੇ ਵਿੱਚ ਵਿਆਹ ਆਪਸ ਵਿੱਚ ਮਾਮੇ ਭੂਆ ਦੇ ਨਿਆਣਿਆਂ ਦੇ ਕੀਤੇ ਹੋਆ ਜਿੱਦਾਂ ਜੇ ਸਾਡੀ ਉਹ ਮਤਲਬ ਕਹਿੰਦੇ ਆ ਵੀ ਭੈਣ ਦੀ ਕੁੜੀ ਆ ਤੇ ਉਹ ਭਰਾ ਦੀ ਨੂੰਹ ਬਣਾਈ ਹੋਆ ਇੱਦਾਂ ਰਿਸ਼ਤੇਦਾਰੀ 'ਚ ਉਹਨੇ ਆਪਣੀ ਆਪਸ ਵਿੱਚ ਹੀ ਕੀਤਾ ਰਿਸ਼ਤਾ ਜਿੱਦਾਂ ਇੱਧਰ ਕਰਦੇ ਉੱਦਾਂ ਹੀ ਕਰ ਦਿੱਤਾ ਆ ਉਹਨਾਂ ਨੇ ਹਾਂਜੀ ਬਸ ਹੁਣ ਉਹ ਕਹਿੰਦੇ ਅਸੀਂ ਹੁਣ ਨਹੀਂ ਕਰਾਂਗੇ ਗਾ ਅਸੀਂ ਆਪਾਂ ਵਗੈਰਾ ਬਾਤ ਹੋਤੀ ਕਿ ਟੈਕਨੋਲੋਜੀ ਅਪਡੇਟ ਹੋ ਗਈ ਅਬ ਤਾਂ ਵੀਡੀਓ ਕਾਲ ਫੋਨ ਤੇ ਵੀਡੀਓ ਕਾਲ ਤਾਂ ਹੁਣ ਮਹੀਨਾ ਹੋ ਗਿਆ ਸੀ ਹੁੰਦੀ ਹੈ ਵੀਡੀਓ ਕਾਲ ਤਾਂ ਮਹੀਨਾ ਹੋ ਗਿਆ ਸਾਨੂੰ ਫੋਨ ਤੇ ਵੀਡੀਓ ਕਾਲ ਕਰਕੇ ਫਿਰ ਵਜਣ ਸਾਨੂੰ ਯਕੀਨ ਵੱਧ ਗਿਆ ਵੀ ਉਹੀ ਆ ਉਹਨੂੰ ਜਦੋਂ ਆਪਣੇ ਇਹ ਗੱਲਾਂ ਵੀ ਆਪਸ ਵਿੱਚ ਕਰਦੇ ਸੀ ਕੁਛ ਉਹਨੂੰ ਚੇਤਾ ਰਹਿ ਗਈਆਂ ਸੀਗੀਆਂ ਗੱਲਾਂ ਜ਼ਿਆਦਾ ਨਹੀਂ ਚੇਤਾ ਰਿਹਾ ਹਾਂਜੀ ਜਿੱਦਾਂ ਉਹਦੇ ਫੈਮਿਲੀ ਪੁੱਛਦੇ ਸੀ ਉਹ ਕਹਿੰਦੇ ਮੁੰਡੇ ਉਹਨਾਂ ਦੇ ਕਹਿੰਦੇ ਅਸੀਂ ਪੁੱਛਦੇ ਸੀ ਵੀ ਬਾਪੂ ਆਪਾਂ ਕੌਣ ਆ ਤੂੰ ਕਿੱਥੇ ਆ ਤੇਰਾ ਮਾਂ ਪਿਓ ਕਿੱਥੇ ਕੁਛ ਹੀ ਸਾਨੂੰ ਦੱਸਦੇ ਮਤਲਬ ਕੁਛ ਦੱਸਦਾ ਨਹੀਂ ਸੀ ਉਹਨਾਂ ਨੂੰ ऐसी सभी और खबरों के लिए लाइक कीजिए हमारा फेसबुक का ये पेज और यूट्यूब पर सब्सक्राइब कीजिए हमारा पेज और देखते रहिए पंजाब केसरी।